ਐਡਾ ਘਰਾਣਾ ਨਾ 20 ਮਿੰਟ ਮੰਗਦਾ ਸਵਾਦ ਆ ਗਿਆ ਸਵਾਦ ਆ ਗਿਆ ਪੈਸੇ ਨਾਲ ਕੁਛ ਵੀ ਖਰੀਦ ਸਕਦਾ ਪਰ ਉਹਨਾਂ ਨੂੰ 20 ਮਿੰਟ ਨਾ ਪਲੀਜ਼ ਕਹਿ ਕੇ ਲੈਣੇ ਪਏ ਤੇ ਫਿਰ ਅੰਬਾਨੀ ਦੀ ਵਾਈਫ ਸੀਗੀ ਮੇ ਬੀ ਉਹਦੇ ਦਲਜੀਤ ਦੇ ਪੇਜ ਤੇ ਵੀਡੀਓ ਪਈ ਆ ਸ਼ਾਇਦ ਤੇ ਬੰਦੇ ਨੇ ਉੱਥੇ ਵੀ ਗਿਆ ਉਹ ਕਹਿੰਦੀ ਵੀ ਕਿੱਥੇ ਰਹਿੰਦੇ ਹੋ ਕਹਿੰਦਾ ਦਿਲਾਂ ਚ ਦਲਜੀਤ ਨੂੰ ਅੱਤਵਾਦੀ ਕਿਹਾ ਸੀ ਇਹਨਾਂ ਨੇ ਇੱਕ ਪਾਸੇ ਤੁਸੀਂ ਸਾਨੂੰ ਅੱਤਵਾਦੀ ਕਹਿਣੇ ਦੂਜੇ ਪਾਸੇ ਉਸੇ ਆਪਦੇ ਵਿਆਹ 'ਚ ਸਾਡੇ ਤੋਂ ਪਰਫਾਰਮੈਂਸ ਕਰਵਾ ਕੇ ਮੇਰੇ ਵੱਲੋਂ ਤਾਂ ਬਈ ਵਧੀਆ ਕਰ ਰਿਹਾ ਪੰਜਾਬੀ ਪਹਿਲਾ ਬੰਦਾ ਹੈਗਾ ਜਿਹੜਾ ਅੰਬਾਨੀ ਦੇ ਘਰੇ ਵੜਿਆ ਹੋਊ ਵੜਿਆ ਕੋਈ ਤੁਸੀਂ ਦੱਸ ਦਿਓ ਪੰਜਾਬੀ ਅਡਾਨੀ ਅੰਬਾਨੀ ਦੇ ਵਿਆਹ 'ਚ ਰਿਹਾਨਾ ਆਈ ਹੈ ਉਸੇ ਰਿਹਾਨਾ ਨੇ ਇੱਦੂ ਪਹਿਲਾਂ ਟਵੀਟ ਕੀਤਾ ਸੀ ਫਾਰਮਰ 'ਤੇ ਫਿਰ ਉਹਨੂੰ ਕਿਉਂ ਸੱਦਿਆ ਤੁਸੀਂ ਦਲਜੀਤ ਦਾ ਪ੍ਰੋਫੈਸ਼ਨ ਬਾਈ ਪ੍ਰੋਫੈਸ਼ਨ ਉੱਤੇ ਗਿਆ ਉਹਨੇ ਆਪਦੇ ਗਾਣੇ ਗਾਏ ਇੰਟਰਟੇਨ ਕੀਤਾ ਜਿਹੜਾ ਉਹਦਾ ਪ੍ਰੋਫੈਸ਼ਨ ਬਣਦਾ ਪਰ ਜਿੱਥੇ ਉੱਥੇ ਦਲਜੀਤ ਦਾ ਇੱਕ ਸਵਾਲ ਕਰਨਾ ਬਣਦਾ ਸੀ ਹੁਣ ਇਹੀ ਗੱਲ ਜੇ ਆਪਾਂ ਲੜ ਗਏ ਬੱਬੂ ਮਾਨ 'ਤੇ ਲੜ ਗਏ ਯਾਰ ਬੰਦਾ ਕੁਛ ਤਾਂ ਕਰ ਰਿਹਾ ਨਾ ਅਗਲੇ ਨੇ ਬੋਡੀਗਾਰਡ ਵੀ ਨਹੀਂ ਰੱਖੇ ਜੇ ਪੱਗ ਬੰਨਣ ਵਾਲੇ ਅਤੇ ਉਹ ਉਹਨਾਂ ਦੇ ਘਰੇ ਫਿਰਦਾ ਉਹ ਮਿੰਟਾਂ ਕਰਦੀ ਸੀ ਬਾਈ ਬਣ ਕੇ 20 ਮਿੰਟ ਹੋਰ ਉਹ ਕਹਿੰਦਾ 20 ਛੱਡ ਮੈਂ 30 ਲਾ ਦੂੰਗਾ ਜੇ ਅੱਜ ਨੂੰ ਮੂਸੇ ਵਾਲਾ ਜਾਂਦਾ ਹੁੰਦਾ ਨਾ ਕੋਈ ਗੱਲਾਂ ਦਾ ਫਰਕ ਬਟ ਇੱਕ ਚੀਜ਼ ਵੱਡੇ ਘਰਾਣੇ ਨੂੰ ਇਹ ਸੋਚਣੀ ਚਾਹੀਦੀ ਜਿਹਨੂੰ ਅੱਜ ਅਸੀਂ ਅੱਤਵਾਦੀ ਕਹਿ ਕੇ ਪਿੰਚ ਕਰਦੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡੇ ਨਾਲ ਸੋਨੂੰ ਜਾਂਸਲਾ ਅਤੇ ਤੁਸੀਂ ਦੇਖ ਰਹੇ ਹੋ ਚੈਨਲ ਸਤਰੰਗ ਸੋ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਅੰਬਾਨੀ ਪਰਿਵਾਰ ਦੀ ਲਗਾਤਾਰ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀਆਂ ਨੇ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਦੇ ਮੈਰਿਜ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਸੋ ਪ੍ਰੀ ਵੈਡਿੰਗ ਦੌਰਾਨ ਉਹਨਾਂ ਨੇ ਦਲਜੀਤ ਦੋਸਾਂਝ ਅਤੇ ਰਿਹਾਨਾ ਨੂੰ ਬੁਲਾਇਆ ਸੀ ਜਿੱਥੇ ਬਹੁਤ ਸਾਰੇ ਸਟਾਰ ਨੱਚਦੇ ਨਜ਼ਰ ਆਏ ਤੁਹਾਨੂੰ ਦੱਸ ਦਈਏ ਕਿ ਦਲਜੀਤ ਦੋਸਾਂਝ ਦੀ ਪਰਫਾਰਮੈਂਸ ਦੌਰਾਨ ਬਾਲੀਵੁੱਡ ਦੇ ਚੰਗੇ ਚੰਗੇ ਸਟਾਰ ਨੱਚਦੇ ਨਜ਼ਰ ਆਏ ਸੋ ਗੱਲਬਾਤ ਕਰਾਂਗੇ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਹੋਏ ਹਾਂ ਇੱਥੋਂ ਦੇ ਸਟੂਡੈਂਟਸ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਜੋ ਲਗਾਤਾਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ ਉਹਨਾਂ ਬਾਰੇ ਸੋ ਆਓ ਫਿਰ ਗੱਲਬਾਤ ਕਰਦੇ ਹਾਂ ਯੂਨੀਵਰਸਿਟੀ ਦੇ ਸਟੂਡੈਂਟਸ ਨਾਲ ਸੋ ਸਾਡੇ ਨਾਲ ਭਰਾ ਖੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਭਾਅ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਤੁਹਾਡਾ ਬਾਈ ਅਜੇਪਾਲ ਸਿੰਘ ਅਜੇਪਾਲ ਸਿੰਘ ਅਜੇ ਵੀਰੇ ਕੀ ਕਹਿਣਾ ਚਾਹੋਗੇ ਦਲਜੀਤ ਦੋਸਾਂਝ ਬਾਰੇ ਕਿ ਅੰਬਾਨੀਆਂ ਦਾ ਵਿਆਹ ਚੱਲ ਰਿਹਾ ਅਤੇ ਬਹੁਤ ਵਧੀਆ ਉਹਨਾਂ ਨੇ ਪਰਫਾਰਮੈਂਸ ਕੀਤੀ ਦੇਖ ਬਾਈ ਦਲਜੀਤ ਦੀ ਪਰਫਾਰਮੈਂਸ ਅਸੀਂ ਵੀ ਦੇਖੀ ਆ ਸੋਸ਼ਲ ਮੀਡੀਆ 'ਤੇ ਦਲਜੀਤ ਹੀ ਚੱਲੀ ਜਾਂਦਾ ਹੁਣ ਇੱਕ ਹਿਸਾਬ ਨਾਲ ਜੇ ਦੇਖ ਲਈਏ ਵੀ ਦਲਜੀਤ ਦੀ ਪਰਫਾਰਮੈਂਸ ਵੀ ਵਧੀਆ ਸੀ ਪੰਜਾਬੀਆਂ ਦਾ ਨਾਂ ਵੀ ਹੋਇਆ ਠੀਕ ਹੈ ਪਰ ਜੇ ਆਪਾਂ ਦੂਜੇ ਪਾਸੇ ਅੱਜ ਤੋਂ ਪਿੱਛੇ ਚੱਲ ਗਏ 2 ਸਾਲ ਪਹਿਲਾਂ ਦਲਜੀਤ ਨੂੰ ਅੱਤਵਾਦੀ ਕਿਹਾ ਸੀ ਇਹਨਾਂ ਨੇ ਹੁਣ ਪਿੱਛੇ ਸ਼ੁਭ ਨੂੰ ਅੱਤਵਾਦੀ ਕਿਹਾ ਸੀਗਾ ਇੱਕ ਪਾਸੇ ਤੁਸੀਂ ਸਾਨੂੰ ਅੱਤਵਾਦੀ ਕਹਿਣੇ ਦੂਜੇ ਪਾਸੇ ਉਸੇ ਆਪਦੇ ਵਿਆਹ 'ਚ ਸਾਡੇ ਤੋਂ ਪਰਫਾਰਮੈਂਸ ਕਰਵਾ ਕੇ ਟਾਈਮ ਵੀ ਵੱਧ ਮੰਗਿਆ ਦਲਜੀਤ ਤੋਂ ਪਹਿਲਾਂ ਕਹਿੰਦੇ ਅੰਬਾਨੀ ਦੇ ਮੁੰਡੇ ਨੇ ਖੁਦ ਇਹ ਚੀਜ਼ ਬੋਲੀ ਹੈ ਵੀ ਸਰ 20 ਮਿੰਟ ਤੁਸੀਂ ਹੋਰ ਲਾਓਗੇ ਅਤੇ ਦਲਜੀਤ ਨੇ ਉਸ ਚੀਜ਼ ਦਾ ਰਿਸਪੋਂਸ ਦਿੱਤਾ ਵੀ 20 ਛੱਡ ਮੈਂ 30 ਲਾਊਂਗਾ ਚਾਹੇ ਬੰਦੇ ਦਾ ਪ੍ਰੋਫੈਸ਼ਨ ਹੈ ਬਟ ਇੱਕ ਚੀਜ਼ ਵੱਡੇ ਘਰਾਣੇ ਨੂੰ ਇਹ ਸੋਚਣੀ ਚਾਹੀਦੀ ਹੈ ਜਿਹਨੂੰ ਅੱਜ ਅਸੀਂ ਅੱਤਵਾਦੀ ਕਹਿ ਕੇ ਪਿੰਚ ਕਰਦੇ ਹਾਂ ਕੱਲ੍ਹ ਨੂੰ ਉਸੇ ਨੂੰ ਅਸੀਂ ਘਰੇ ਸੱਦ ਕੇ ਤਾਂ ਉਹਦੀ ਅਸੀਂ ਜ਼ਿਆਦਾ ਟਾਈਮ ਮੰਗ ਰਹੇ ਹਾਂ ਤਾਂ ਫਿਰ ਹੁਣ ਅਸੀਂ ਅੱਤਵਾਦੀ ਥੋੜ੍ਹਾ ਯਾਰ ਇਹ ਗੱਲ ਤਾਂ ਮੰਨਦੇ ਨਾ ਹੁਣ ਆਪਣੇ ਬੈਠੇ ਆ ਬਾਰਡਰਾਂ 'ਤੇ ਬੈਠੇ ਆ ਭਾਉਣ ਵਾਲੇ ਕੌਣ ਹੈ ਵੱਡੇ ਘਰਾਣੇ ਆ ਜਿਨ੍ਹਾਂ ਨੇ ਆਪਾਂ ਨੂੰ ਉਭਾਇਆ ਅੰਡਾਨੀ ਆ ਅੰਬਾਨੀ ਆ ਆਮ ਘਰਾਂ ਦੇ ਮੁੰਡਿਆਂ ਨੂੰ ਪੁੱਛਦਾ ਕੌਣ ਹੈ ਇੱਥੇ ਅਡਾਨੀ ਅੰਬਾਨੀ ਦੇ ਵਿਆਹ 'ਚ ਰਿਹਾਨਾ ਆਈ ਹੈ ਉਸੇ ਰਿਹਾਨਾ ਨੇ ਇੱਦੂ ਪਹਿਲਾਂ ਟਵੀਟ ਕੀਤਾ ਸੀ ਫਾਰਮਰ 'ਤੇ ਫਿਰ ਉਹਨੂੰ ਕਿਉਂ ਸੱਦਿਆ ਤੁਸੀਂ ਨਾਲੇ ਇੱਕ ਪਾਸੇ ਤੁਸੀਂ ਸਾਡੇ ਤੋਂ ਰੋਟੀ ਖੋਈ ਜਾਂਦੇ ਹੋ ਦੂਜੇ ਪਾਸੇ ਤੁਸੀਂ ਉਹ ਸੱਦੀ ਜਾਂਦੇ ਹੋ ਜਿਹੜੇ ਸਾਡੇ ਸਪੋਰਟ 'ਤੇ ਸੀ ਸ਼ੋਅ ਕੀ ਕਰਨਾ ਚਾਹੁੰਦੇ ਆ ਇਹ ਬਹੁਤ ਸਾਰੇ ਲੋਕ
ਇਹ ਵੀ ਗੱਲਾਂ ਕਰਦੇ ਨੇ, ਕਹਿੰਦੇ ਕਿ ਉਹਨਾਂ ਨੂੰ ਨੀਵਾਂ ਦਿਖਾਉਣ ਬਾਰੇ ਇਹ ਕੀਤਾ ਗਿਆ, ਯਾਨੀ ਉਹਨਾਂ ਨੂੰ ਬੁਲਾਇਆ ਗਿਆ, ਬਹੁਤ ਸਾਰੇ ਲੋਕ ਇੱਦਾਂ ਦੀ ਵੀ ਗੱਲਾਂ ਕਰ ਰਹੇ ਨੇ। ਯਾਰ ਜਾਂ ਹਰੇਕ ਬੰਦੇ ਦੀ ਬਾਈ, ਮੇਰੀ ਸੋਚ ਤੇਰੇ ਨਾਲ ਨਹੀਂ ਮਿਲਦੀ, ਤੇਰੀ ਮੇਰੇ ਨਾਲ ਨਹੀਂ ਮਿਲਦੀ। ਬਟ ਜੇ ਆਪਾਂ ਦੇਖੀਏ ਦਲਜੀਤ ਦਾ ਪ੍ਰੋਫੈਸ਼ਨ ਆ, ਬਾਈ ਪ੍ਰੋਫੈਸ਼ਨ, ਉੱਥੇ ਗਿਆ ਉਹਨੇ ਆਪਦੇ ਗਾਣੇ ਗਾਏ, ਇੰਟਰਟੇਨ ਕੀਤਾ, ਜਿਹੜਾ ਉਹਦਾ ਪ੍ਰੋਫੈਸ਼ਨ ਬਣਦਾ। ਪਰ ਜਿੱਥੇ ਉੱਥੇ ਦਲਜੀਤ ਦਾ ਇੱਕ ਸਵਾਲ ਕਰਨਾ ਬਣਦਾ ਸੀ, ਕਿਉਂਕਿ ਉੱਥੇ ਮੋਸਟਲੀ ਹੁਣ ਜਿਵੇਂ ਤੁਸੀਂ ਤਾਂ ਆਪਣੇ ਮੀਡੀਆ ਵਾਲੇ ਆ ਗਏ, ਗੋਦੀ ਮੀਡੀਆ ਤਾਂ ਸੀਗਾ ਹੀ ਸੀਗਾ ਜਿਨ੍ਹਾਂ ਨੇ ਕਵਰੇਜ ਕੀਤੀ ਆ, ਹਰੇਕ ਵੱਡੇ ਤੋਂ ਵੱਡੇ ਫਨਕਾਰ ਆਰਟਿਸਟ ਸਾਰੇ ਆਏ ਆ। ਉੱਥੇ ਇੱਕ ਚੀਜ਼ ਤਾਂ ਪੁੱਛ ਲੈਂਦੇ ਵੀ ਕਿਸਾਨਾਂ ਦੇ ਇੱਕ ਲਫ਼ਜ਼ ਦਾ ਬਣਦਾ ਸੀ, ਕਿਉਂਕਿ ਜੇ ਉੱਥੇ ਨਿਕਲ ਜਾਂਦੀ ਨਾ ਇੱਕ ਆਵਾਜ਼ ਤਾਂ ਮੈਨੂੰ ਨਹੀਂ ਲੱਗਦਾ ਸੀ ਫਿਰ ਕਿਤੇ ਜਵਾਬ ਦੇਣ ਦੀ ਲੋੜ ਹੀ ਪੈਂਦੀ ਹੈ। ਕਿਉਂਕਿ ਦਲਜੀਤ ਦੀ ਜੇ ਉੱਥੇ ਆਵਾਜ਼ ਅੱਜ ਉਹਦਾ 10 ਮਿੰਟ ਵੱਧ ਦਿੱਤੇ, ਸੋਸ਼ਲ ਮੀਡੀਆ 'ਤੇ ਇੰਸਟਾਗ੍ਰਾਮ ਚੈੱਕ ਕਰ ਲਾ, ਦਲਜੀਤ ਦਲਜੀਤ ਹੋਈ ਪਈ ਆ ਬਾਈ ਫੁੱਲ। ਆਪਾਂ ਕਹਿੰਦੇ ਹਾਂ ਪੰਜਾਬੀਆਂ ਦਾ ਨਾਂ ਰੋਸ਼ਨ ਕਰਨ ਵਾਲਾ ਉਹ ਬੰਦਾ, ਠੀਕ ਆ, ਕਰ ਰਿਹਾ, ਬਾਹਰ ਵੀ ਕਰ ਰਿਹਾ। ਪਰ ਜਿਹੜੇ ਜਿਹੜੇ ਬੰਦਿਆਂ ਨੇ ਪਹਿਲਾਂ ਟਵੀਟ ਕੀਤਾ ਸੀ ਉਹਨਾਂ ਨੂੰ ਉਹਨਾਂ ਨੇ ਬੁਲਾਇਆ, ਚਾਹੇ ਪੈਸੇ ਦੇ ਜ਼ੋਰ 'ਤੇ ਬੁਲਾ ਲਿਆ, ਪਰ ਸਿੱਧੀ ਗੱਲ ਹੈ ਯਾਰ, ਜਿਹਦੇ ਕੋਲ ਪੈਸਾ ਉਹਨੇ ਸੱਦ ਲਿਆ, ਚਾਹੇ ਨੀਵਾਂ ਦਿਖਾਉਣਾ ਸੀ। ਪਰ ਉੱਥੇ ਇਹ ਤਾਂ ਹੈਗਾ ਨਾ, ਪਰ ਆਪਣੇ ਬੰਦੇ ਨੇ ਸਿਰ ਤਾਂ ਉੱਚਾ ਕੀਤਾ ਨਾ, ਮਿਹਨਤ ਤਾਂ ਉਹਨਾਂ ਤੋਂ ਕਰਾਈ ਨਾ, ਵੀ 20 ਮਿੰਟ ਹੋਰ, 20 ਦੇ 30 ਲਾਏ ਆ ਬੰਦੇ ਨੇ। ਪਰ ਉਹ ਉੱਥੇ 5 ਮਿੰਟ ਇੱਕ ਲਫ਼ਜ਼ ਵੀ ਨਿਕਲ ਜਾਂਦਾ ਵੀ ਹਾਂ ਹੁਣ ਮੈਨੂੰ ਦੱਸੋ ਵੀ ਮੈਂ ਕੀ ਹਾਂ ਯਾਰ, ਅੱਤਵਾਦੀ ਕੌਣ ਕਹਾਉਣਾ ਚਾਹੁੰਦਾ ਇੱਥੇ। ਹੁਣ ਦਲਜੀਤ ਨੂੰ ਇਹ ਤਾਂ ਸੋਚਣਾ ਚਾਹੀਦਾ ਸੀ ਨਾ ਵੀ ਇੱਕ ਮੈਨੂੰ ਇਦੋਂ ਪਹਿਲਾਂ ਇਹਨਾਂ ਨੇ ਅੱਤਵਾਦੀ ਕਿਹਾ ਅਤੇ ਮੈਂ ਅੱਜ ਉੱਥੇ ਆਰਟਿਸਟ ਬਣ ਕੇ ਗਿਆ। ਅਸੀਂ ਗਲਤ ਵੀ ਮੰਨਦੇ ਹਾਂ ਪਰ ਐਜ਼ ਅ ਪ੍ਰੋਫੈਸ਼ਨ ਉਹ ਸਹੀ ਵੀ ਹੈ, ਪੇਸ਼ਾ ਉਹੀ ਹੈ, ਪੇਸ਼ਾ ਉਹੀ ਆ ਬਈ। ਹੁਣ ਮੈਂ ਕੋਈ ਡਾਕਟਰ ਆ ਯਾਰ, ਉਹਨੇ ਤਾਂ ਇਲਾਜ ਹਰੇਕ ਦਾ ਕਰਨਾ, ਕੋਈ ਗਾਉਣ ਵਾਲਾ ਉਹਨੇ ਤਾਂ ਇੰਟਰਟੇਨ ਕਰਨਾ, ਠੀਕ ਆ, ਅਗਲੇ ਨੂੰ ਵੀ 4 ਪੈਸੇ ਉਹਦੇ ਵੀ ਜਵਾਕ ਹੋਣਗੇ ਜਾਂ ਕੋਈ ਵੀ ਲਾ ਲਾ, ਉਹਨੇ 4 ਪੈਸੇ ਖਾਤਰ ਉੱਥੇ ਇੰਟਰਟੇਨ ਕੀਤਾ। ਪਰ ਉੱਥੇ ਜੇ ਇੱਕ ਲਫ਼ਜ਼ ਨਿਕਲ ਜਾਂਦਾ ਨਾ, ਇਹ ਫਿਰ ਸਵਾਦ ਆ ਜਾਂਦਾ। ਅੱਛਾ, ਤੁਸੀਂ ਕਿਹੜੀ ਚੀਜ਼ ਦਾ ਸ਼ੌਂਕ ਰੱਖਦੇ ਹੋ ਵੈਸੇ? ਬਈ ਸ਼ੌਂਕ ਕੋਈ ਨਹੀਂ ਹੁੰਦਾ, ਜੇ ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ, ਸ਼ੌਂਕ ਆ ਪੈਸਾ ਅੱਜ ਦੇ ਟਾਈਮ 'ਚ, ਜਿੰਨਾ ਕੁ ਪੈਸਾ ਉਨਾ ਕੁ ਸ਼ੌਂਕ ਆ। ਕਿਸੇ ਦਾ ਸ਼ੌਂਕ ਸਾਈਕਲ ਆ ਤਾਂ ਕਿਸੇ ਕੋਲ ਥਾਰ ਹੋਊਗੀ, ਤੁਹਾਡੇ ਕੋਲ ਥਾਰ ਹੈ ਮੇਰੇ ਨਾਲ, ਬਸ ਐਂ ਲਾਲਾ। ਬਸ ਗੱਲ ਉੱਥੇ ਆ ਨਾ ਬਈ, ਜਿਹਦੀ ਜਿੰਨੀ ਕੁ ਸ਼ੌਂਕ ਆ ਨਾ, ਜਿੱਥੋਂ ਕੁ ਪੁੱਗ ਤਾਂ ਉਨੀ ਕੁ ਸ਼ੌਂਕ ਆ ਅਗਲੇ। ਕਿਸੇ ਨੂੰ ਰੋਟੀ ਤੱਕ ਹੁੰਦੀ ਆ ਬਾਈ, ਕੋਈ ਪੀਜ਼ਾ ਖਾ ਕੇ ਸੌਂ ਜਾਂਦਾ ਅਤੇ ਕਿਸੇ ਦਾ ਪਾਣੀ ਬਾਹਰੋਂ ਆਉਂਦਾ। ਅੱਛਾ, ਤੁਸੀਂ ਕਿਹੜੇ ਸਿੰਗਰ ਨੂੰ ਪਸੰਦ ਕਰਦੇ ਹੋ ਵੈਸੇ? ਸਾਰੀ ਪਸੰਦ ਆ ਬਾਈ, ਸਾਰੀ ਪਸੰਦ। ਏਰੀਆ ਮੂਸੇ ਵਾਲਾ ਕਹਿ ਦਈਏ, ਸਾਡਾ ਤਾਂ ਏਰੀਆ ਨਿਕਲ ਗਿਆ ਪੁੱਛਾ। ਉਹ ਯਾਰ ਬਾਈ ਲੈਜੈਂਡ ਬੰਦਾ ਸੀ, ਆਵਾਜ਼ ਤਾਂ ਚੱਕਦਾ ਸੀ, ਹੁਣ ਵਾਲਿਆਂ 'ਚ ਤਾਂ ਤੰਤ ਹੈ ਨਹੀਂ ਆ, ਆਵਾਜ਼ ਹੀ ਨਹੀਂ ਚੱਕ ਸਕਦਾ ਜਿਹੜਾ ਬੰਦਾ ਕਿਸੇ ਲਈ। ਜੇ ਹੁਣ ਯਾਰ ਆਪਾਂ ਕਹਿ ਦਈਏ, ਹਰੇਕ ਸਿੰਗਰ ਬਾਅਦ 'ਚ ਬਣੇ ਆ, ਜੰਮੇ ਤਾਂ ਪਹਿਲਾਂ ਕਿਸਾਨ ਹੀ ਹੈ, ਚੱਲ ਮੰਨਿਆ ਕਿਸਾਨੀ 'ਚ ਪੈਸਾ ਘੱਟ ਆ, ਉਹ ਲੈਣ 'ਚ ਵੱਧ ਆ, ਠੀਕ ਹੈ, ਪਰ ਸਾਰੇ ਜੰਮੇ ਤਾਂ ਕਿਸਾਨ ਹੀ ਹੈ ਨਾ, ਰੋਟੀ ਤਾਂ ਆਪਣੇ ਉਸੇ ਬਣਨਾ 'ਚੋਂ ਆਉਂਦੀ ਹੈ, ਕੋਈ ਸਿੰਗਿੰਗ ਲੈਣ 'ਚੋਂ ਤਾਂ ਆਉਂਦੀ ਨਹੀਂ। ਜਿਸ ਤਰੀਕੇ ਦੇ ਨਾਲ ਪਹਿਲਾਂ ਕਿਸਾਨ ਅੰਦੋਲਨ ਸ਼ੁਰੂ ਹੋਇਆ, ਯਾਨੀ ਬੱਬੂ ਮਾਨ ਜੀ ਦਾ ਵੀ ਇੱਕ ਵੱਡਾ ਸਹਿਯੋਗ ਰਿਹਾ, ਉਹਨਾਂ ਨੇ ਨਾਰਾ ਵੀ ਦਿੱਤਾ ਸੀ, ਯਾਨੀ ਉਹਨਾਂ ਨੇ ਗੀਤ ਵੀ ਗਾਏ, ਯਾਨੀ ਸਾਰਿਆਂ ਨੂੰ ਨਾਲ ਲਾ ਕੇ ਰੱਖਿਆ, ਸ਼ੁਰੂਆਤ ਯਾਨੀ ਉਹਨਾਂ ਨੇ ਕੀਤੀ, ਬੱਬੂ ਮਾਨ ਜੀ ਨੇ ਕੀਤੀ। ਤੁਹਾਨੂੰ ਕੀ ਲੱਗਦਾ ਕਿ ਹੁਣ ਕੋਈ ਅੱਗੇ ਨਹੀਂ ਆ ਰਿਹਾ, ਯਾਨੀ ਸਟੇਜਾਂ 'ਤੇ ਬੱਬੂ ਮਾਨ ਜੀ ਗੀਤ ਗਾ ਰਹੇ ਨੇ ਪਰ ਸਾਹਮਣੇ ਅੱਗੇ ਜਾ ਕੇ ਬਹੁਤ ਘੱਟ ਸਿੰਗਰ ਨੇ ਜਿਹੜੇ ਆ ਰਹੇ ਨੇ? ਬਈ ਹੋ ਸਕਦਾ ਯਾਰ, ਕੀ ਬੰਦਿਸ਼ਾਂ ਲੱਗਦੀਆਂ ਅਗਲੇ 'ਤੇ, ਕਈਆਂ ਦੇ ਚੈਨਲ ਹੁਣ ਜਿਹੜੇ ਬੋਲਦੇ ਸੀਗੇ ਵਿਚਾਰੇ ਉਹਨਾਂ ਦੇ ਚੈਨਲ ਬੰਦ ਹੋਏ ਆ, ਠੀਕ ਹੈ, ਜਿਹੜਾ ਕੋਈ ਆਵਾਜ਼ ਚੱਕਦਾ ਸੀ ਉਹਦੇ 'ਤੇ ਕੋਈ ਧਾਰਾ ਲੱਗੀ ਆ, ਕਿਸੇ ਨੂੰ ਜੇਲ੍ਹ 'ਚ ਸਿੱਟਿਆ, ਕੁਛ ਕੀਤਾ, ਅਗਲਾ ਬਾਈ ਹਰੇਕ ਆਪਦਾ ਬਚਾਉਂਦਾ ਵੀ ਹੁਣ ਉਹਨਾਂ ਦਾ ਨਾਮ ਬਣਿਆ ਵਾ, ਆਪਾਂ ਕਹਿ ਦਈਏ ਬੱਬੂ ਮਾਨ ਹੋ ਗਿਆ, ਜਿੰਨੇ ਵੀ ਸਿੰਗਰ ਹਰੇਕ ਦਾ ਨਾਮ ਆ, ਜੇ ਉਹਨਾਂ 'ਤੇ ਇੱਕ ਵੀ ਐਕਸ਼ਨ ਆਉਂਦਾ ਨਾ ਉਹਨੂੰ ਮੀਡੀਆ ਐਂ ਚੱਕ ਲੈਂਦਾ, ਕਿਸੇ ਨੇ ਪੋਜ਼ਿਟਿਵ ਦਿਖਾਉਣਾ, ਕਿਸੇ ਨੇ ਨੈਗੇਟਿਵ, ਇਫੈਕਟ ਤਾਂ ਅਗਲੇ ਦੀ ਮਿਸ 'ਤੇ ਪੈਂਦਾ ਨਾ।
ਜੇ ਹੁਣ ਉਹ ਕਿਸਾਨੀ ਦਾ ਨਾਂ ਲੈਂਦਾ, ਮੰਨ ਲਾ ਦਲਜੀਤ ਨੇ ਅਤੇ ਸ਼ੁਭ ਨੇ ਕਿਸਾਨੀ ਦਾ ਨਾਂ ਲਿਆ ਸੀ, ਇੱਕ ਪੰਜਾਬ ਦਾ ਪੁਰਾਣੇ ਪੰਜਾਬ ਦਾ ਝੰਡਾ ਦਿਖਾਇਆ ਸੀ, ਠੀਕ ਹੈ, ਤਾਂ ਉਹਨਾਂ ਨੂੰ ਅੱਤਵਾਦੀ ਕਹਿਤਾ। ਪਰ ਜੇ ਦੇਖਿਆ ਜਾਵੇ ਉਹਨਾਂ ਦੀ ਸੋਚ ਤਾਂ ਨਹੀਂ ਸੀ ਉਹ ਬੰਦਿਆਂ ਦੀ, ਆਪਣੇ ਨਾ ਡਾਇਵਰਟ ਕਰ ਦਿੰਦੇ ਬਾਈ। ਜਿਵੇਂ ਆਪਾਂ ਕਹਿ ਦਈਏ ਨਾ ਤਿੰਨ ਪੰਜਾਬੀ ਭਾਸ਼ਾ ਹੀ ਇਹੋ ਜਿਹੀ ਆ, ਕਹਿਣੇ ਕੁਛ ਹੋਰ ਹੁੰਦੇ ਆ, ਸਮਝਦਾ ਕੁਛ ਹੋਰ ਆ, ਕਹੀ ਕੁਛ ਹੋਰ ਹੁੰਦੀ ਆ। ਉਹ ਇੱਕ ਬਾਬਾ ਕਹਿੰਦਾ ਹੁੰਦਾ, ਅਸੀਂ ਸੁਣੀ ਸੀ, ਕਹਿੰਦੇ ਵੱਟ ਦੇ ਤਿੰਨ ਮਤਲਬ ਨਿਕਲ ਜਾਂਦੇ ਆ। ਕੋਈ ਪੰਜਾਬੀ ਸਿੱਖਣ ਆਈ ਸ਼ਾਇਦ ਤੁਸੀਂ ਵੀ ਸੁਣੀ ਹੋਣੀ ਆ, ਆ ਕੇ ਉਹ ਕਹਿੰਦੀ ਮੈਨੂੰ ਪੰਜਾਬੀ ਸਿਖਾਓ। ਉਹ ਕਹਿੰਦਾ ਕੀ ਸਿੱਖਣੀ ਆ? ਕਹਿੰਦਾ ਲੈ ਵੱਟ ਤੋਂ ਸ਼ੁਰੂ ਕਰਨੇ ਆ। ਵੱਟ ਕਾਹਤੋਂ ਪਾਇਆ? ਲੀੜੇ 'ਚ ਵੱਟ ਪੈ ਜਾਏ ਉਹਨੂੰ ਵੀ ਵੱਟ ਕਹਿੰਦੇ ਆ, ਪਤਾ ਵੱਟੇ ਵੱਟ ਆ ਜਾ ਉਹਨੂੰ ਵੀ ਵੱਟ ਕਹਿੰਦੇ ਆ, ਅਤੇ ਬੰਦਾ ਵੱਟ 'ਚ ਹੀ ਭੱਜ ਜਾਂਦਾ। ਇਹ ਤਾਂ ਫਿਰ ਵੀ ਇੱਕ ਲਫ਼ਜ਼ ਹੁੰਦਾ। ਹੁਣ ਮੈਂ ਕੁਛ ਹੋਰ ਕਿਹਾ ਹੋਵੇ, ਵਿੱਚ ਬੰਦੇ ਹੁੰਦੇ ਆ, ਉਹ ਜੱਜ ਹੋਰ ਕਰਦੇ ਆ, ਮੇਰੇ ਕਹਿਣ ਦਾ ਵੀ ਹੋਰ ਹੋਊ, ਤੁਹਾਡੇ ਸੁਣਨ ਦਾ ਕੁਛ ਹੋਰ ਹੋਊ, ਤੁਹਾਡਾ ਪੁੱਛਣ ਦਾ ਕੁਛ ਹੋਰ। ਪੰਜਾਬੀ ਦੇ ਅਕਸਰ ਕਹਿੰਦੇ ਨੇ ਦੋ ਮਤਲਬ ਤਾਂ ਨਿਕਲਦੇ ਹੀ ਨੇ। ਜੇ ਗੱਲ ਕਰੀਏ ਬੱਬੂ ਮਾਨ ਜੀ ਦੀ, ਜਿੱਦਾਂ ਗੱਲ ਕਰ ਰਹੇ ਹਾਂ, ਬੱਬੂ ਮਾਨ ਜੀ ਨੇ ਹਮੇਸ਼ਾ ਹੀ ਕਿਸਾਨਾਂ ਨੂੰ, ਪੰਜਾਬੀਅਤ ਨੂੰ ਅੱਗੇ ਰੱਖਿਆ, ਹਮੇਸ਼ਾ ਹੀ ਪੰਜਾਬ ਦੇ ਲਈ ਗਾਇਆ, ਹਮੇਸ਼ਾ ਹੀ ਯਾਨੀ ਕਿਸਾਨਾਂ ਦੇ ਲਈ ਗਾਇਆ। ਇਸ ਵਾਰ ਬਹੁਤ ਸਾਰੇ ਸਿੰਗਰ ਨੇ ਜਿਹੜੇ ਪਿੱਛੇ ਬੋਲਦੇ ਤਾਂ ਹੈ, ਗੀਤ ਵੀ ਕੱਢ ਰਹੇ ਨੇ, ਪਰ ਬੈਨ ਕਰ ਰਹੇ ਨੇ। ਤੁਹਾਨੂੰ ਕੀ ਲੱਗਦਾ ਕਿ ਜੋ ਸਰਕਾਰਾਂ ਇਸ ਸਮੇਂ ਕਰ ਰਹੀਆਂ ਨੇ, ਜਿਸ ਦੀ ਵੀ ਆਵਾਜ਼ ਉੱਠਦੀ ਹੈ ਉਹ ਦਬਾ ਦਿੱਤੀ ਜਾਂਦੀ ਹੈ? ਬਈ ਸਰਕਾਰਾਂ ਨੂੰ ਆਪਾਂ ਦੱਬ ਨਹੀਂ ਸਕਦੇ ਯਾਰ। ਜੇ ਸਰਕਾਰ ਆਪਣੀ ਆਵਾਜ਼ ਦੱਬਦੀ ਹੈ ਤਾਂ ਵੋਟ ਪਾਉਣ ਵੇਲੇ ਆਪਾਂ ਦੱਬ ਲਓ। ਉਦੋਂ ਤਾਂ ਵਿੱਚ ਕੋਈ ਬੋਤਲ 'ਤੇ ਵਿਕ ਜਾਂਦਾ, ਕੋਈ ਕਾਸ 'ਤੇ ਵਿਕ ਜਾਂਦਾ, ਉਦੋਂ ਨਹੀਂ ਕਿਸੇ ਨੂੰ ਦਿੰਦਾ। ਵੋਟ ਪਾਉਣ ਵੇਲੇ ਤਾਂ ਮੋਦੀ ਚੰਗਾ ਹੁੰਦਾ, ਠੀਕ ਹੈ, ਜਾਂ ਜਿਹੜੀ ਵੀ ਆਪਾਂ ਸਰਕਾਰ ਨੂੰ ਵੋਟ ਪਾਉਣੇ ਆ ਉਦੋਂ ਉਹ ਚੰਗੀ ਹੁੰਦੀ ਆ। ਇੱਕ ਮਹੀਨੇ ਬਾਅਦ ਕਿਉਂ ਮਾੜੀ ਹੋ ਜਾਂਦੀ ਆ? ਜੱਜਮੈਂਟ ਪਹਿਲਾਂ ਕਰ ਲਓ ਇੱਕ ਮਹੀਨਾ ਪਹਿਲਾਂ ਯਾਰ, ਜ਼ਰੂਰੀ ਥੋੜ੍ਹਾ ਅਕਲ ਪਿੱਛੋਂ ਆਉਂਦੀ ਜਦੋਂ ਆਪਣੇ ਕੋਈ ਠੇਡਾ ਮਾਰ ਜਾਂਦਾ, ਪਹਿਲਾਂ ਵੀ ਅਕਲ ਆ ਸਕਦੀ ਹੈ ਨਾ ਆਪਾਂ ਨੂੰ। ਹੁਣ ਇਹੀ ਗੱਲ ਜੇ ਆਪਾਂ ਲੜ ਗਏ ਬੱਬੂ ਮਾਨ 'ਤੇ ਲੜ ਗਏ ਯਾਰ, ਬੰਦਾ ਕੁਛ ਤਾਂ ਕਰ ਰਿਹਾ ਨਾ, ਚਾਹੇ ਉਹ ਖੇਤੀ ਨਾਲ ਜੁੜਿਆ, ਮੂਸੇ ਵਾਲਾ ਸੀ ਉਹ ਖੇਤੀ ਨਾਲ ਜੁੜਿਆ, ਹਰੇਕ ਸਿੰਗਰ ਯਾਰ ਖੇਤੀ ਨਾਲ ਜੁੜਿਆ ਵਾ, ਹਰੇਕ ਦਾ ਜੇ ਆਪਾਂ ਕਹਿ ਦਈਏ ਨਾ ਪ੍ਰੋਫੈਸ਼ਨ, ਬੰਦਾ ਆਹ ਸਿੰਗਿੰਗ ਤਾਂ ਸਹਾਇਕ ਧੰਦਾ, ਮੇਨ ਧੰਦਾ ਤਾਂ ਖੇਤੀ, ਅਗਲੇ ਦਾ ਪਿਓ ਤਾਂ ਖੇਤੀ ਕਰਦਾ ਸੀ, ਅਤੇ ਜੇ ਹੁਣ ਪਿਓ ਨੂੰ ਮਾਰਨਾ ਤਾਂ ਕੋਈ ਨਾ ਬੋਲੂਗਾ, ਅਤੇ ਜਿਹਨੇ ਪਿਓ ਜਿਉਂਦਾ ਰੱਖਣਾ ਬਾਈ ਉਹ ਤਾਂ ਬੋਲੂਗਾ। ਸੋ ਭਾਅ ਜੀ, ਤੁਸੀਂ ਕਿਹੜੇ ਸਿੰਗਰ ਨੂੰ ਪਸੰਦ ਕਰਦੇ ਹੋ? ਜਿਸ ਤਰ੍ਹਾਂ ਹੁਣ ਦਲਜੀਤ ਦੋਸਾਂਝ ਜੀ ਦੀ ਗੱਲ ਕਰ ਰਹੇ ਹਾਂ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਬਈ ਦਲਜੀਤ, ਮੈਂ ਆਪਦੇ ਪੱਖ ਨੂੰ ਕਹਾਂ, ਮੈਂ ਇਹਨਾਂ ਲੋਕਾਂ ਦਾ ਕਹਿ ਰਿਹਾ ਗਾ, ਮੇਰੇ ਵੱਲੋਂ ਤਾਂ ਬਈ ਵਧੀਆ ਕਰ ਰਿਹਾ। ਪੰਜਾਬੀ ਪਹਿਲਾ ਬੰਦਾ ਗਾ ਜਿਹੜਾ ਅੰਬਾਨੀ ਦੇ ਘਰ ਵੜਿਆ, ਹੋਊ ਵੜਿਆ ਕੋਈ, ਤੁਸੀਂ ਦੱਸ ਦਿਓ। ਪੰਜਾਬੀ ਅਗਲੇ ਨੇ ਬੋਡੀਗਾਰਡ ਵੀ ਨਹੀਂ ਰੱਖੇ ਜੇ ਪੱਗ ਬੰਨਣ ਵਾਲੇ, ਅਤੇ ਉਹ ਉਹਨਾਂ ਦੇ ਘਰ ਫਿਰਦਾ, ਠੀਕ ਹੈ ਨਾ ਵੀਰੇ? ਸਭ ਤੋਂ ਪਹਿਲਾ ਬੰਦਾ ਦੇਖਿਆ ਜਿਹੜਾ ਉਹਨਾਂ ਦੇ ਘਰ ਗਿਆ ਗਾ, ਠੀਕ ਆ, ਉਹ ਮਿੰਨਤਾਂ ਕਰਦੇ ਸੀ ਬਾਈ ਬਣ ਕੇ 20 ਮਿੰਟ ਹੋਰ, ਉਹ ਕਹਿੰਦਾ 20 ਛੱਡ ਮੈਂ 30 ਲਾ ਦੂੰਗਾ। ਉਹਨੇ ਆਸਾਨ ਕਰਿਆ ਉਹਨਾਂ 'ਤੇ ਇੱਕ ਤਰ੍ਹਾਂ ਦਾ ਕਿ 20 ਛੱਡ। ਸਹੀ ਹੈ ਕਿ ਉਹ ਦੇਖੋ ਕਹਿ ਰਹੇ ਸੀ ਕਿ ਵੀਰੇ 20 ਮਿੰਟ ਹੋਰ, ਉਹ ਕਹਿੰਦੇ ਨਾ, ਇਹ ਕਾਫੀ ਵੀਡੀਓ ਵਾਇਰਲ ਵੀ ਹੋ ਰਹੀ ਹੈ। ਕਿੰਨਾ ਕੁ ਮਾਣ ਮਹਿਸੂਸ ਕਰਦੇ ਹੋ ਵੈਸੇ ਤੁਸੀਂ, ਕਿਉਂਕਿ ਪੰਜਾਬੀ ਇੱਕ ਸਿਰਫ ਇੱਕ ਪੱਗ ਬੰਨਣ ਵਾਲਾ, ਦਸਤਾਰ ਬੰਨਣ ਵਾਲਾ ਉੱਥੇ ਪਹੁੰਚਿਆ? ਯਾਰ ਇੱਕ ਗੱਲ, ਜਿਹੜੇ ਐਡਾ ਘਰਾਣਾ ਨਾ 20 ਮਿੰਟ ਮੰਗਦਾ, ਸਵਾਦ ਆ ਗਿਆ, ਸਵਾਦ ਆ ਗਿਆ, ਹਾਂ ਸਵਾਦ ਆ ਗਿਆ। ਬੰਦਾ ਪੈਸੇ ਨਾਲ ਕੁਛ ਵੀ ਖਰੀਦ ਸਕਦਾ, ਪਰ ਉਹਨਾਂ ਨੂੰ 20 ਮਿੰਟ ਨਾ ਪਲੀਜ਼ ਕਹਿ ਕੇ ਲੈਣੇ ਪਏ। ਇਹ ਤਾਂ ਗੱਲ ਮੰਨ ਗਈ ਨਾ ਵੀ ਯਾਰ, ਪੈਸੇ ਨਾਲ ਉਹ ਕੁਛ ਵੀ, ਮੈਂ ਕਹਿੰਦਾ ਯਾਰ ਆਪਾਂ ਨੂੰ ਵੀ ਖਰੀਦ ਸਕਦੇ ਆ, ਹਰੇਕ ਬੰਦਾ ਵਿਕਾਊਗਾ ਬਾਈ, ਕੀਮਤ ਪਤਾ ਹੋਣੀ ਚਾਹੀਦੀ ਹੈ ਬੰਦੇ ਦੀ, ਠੀਕ ਹੈ, ਉਹ ਵੀ ਪੈਸੇ 'ਤੇ ਗਿਆ ਸੀ। ਪਰ ਜਿਹੜੇ ਐਕਸਟਰਾ 20 ਮਿੰਟ ਨਾ, ਉਹ ਤਾਂ ਆਪਾਂ ਕਹਿੰਦੇ ਇਹਨਾਂ ਨੇ ਪਲੀਜ਼ ਕਹਿ ਕੇ ਨਿਕਲੇ ਆ। ਅਤੇ ਫਿਰ ਅੰਬਾਨੀ ਦੀ ਵਾਈਫ ਸੀਗੀ ਮੇ ਬੀ, ਉਹਦੇ ਦਲਜੀਤ ਦੇ ਪੇਜ 'ਤੇ ਵੀਡੀਓ ਪਈ ਆ ਸ਼ਾਇਦ, ਅਤੇ ਉਹ ਗੁਜਰਾਤੀ ਅਤੇ ਆਪਸ ਮੇਂ ਉਹਨਾਂ ਦੀ ਕੋਈ ਕਨਵਰਸੇਸ਼ਨ ਵੀ ਹੋਈ ਆ, ਅਤੇ ਬੰਦੇ ਨੇ ਉੱਥੇ ਵੀ ਗਿਆ, ਉਹ ਕਹਿੰਦੀ ਵੀ ਕਿੱਥੇ ਰਹਿੰਦੇ ਹੋ? ਕਹਿੰਦਾ ਦਿਲਾਂ 'ਚ।
ਪੰਜਾਬੀ ਹਮੇਸ਼ਾ ਹੀ ਦਿਲਾਂ 'ਚ ਬਾਈ। ਕਿਆ ਬਾਤ ਹੈ। ਅੱਛਾ ਲਾਸਟ ਸਵਾਲ ਲਵਾਂਗੇ ਵਰਜੀ ਜੀ, ਤੁਹਾਨੂੰ ਕੀ ਲੱਗਦਾ ਅਗਰ ਜਿੱਦਾਂ ਤੁਸੀਂ ਕਿਹਾ ਕਿ ਸਿੱਧੂ ਮੂਸੇ ਵਾਲਾ ਅੱਜ ਆਪਣੇ ਵਿਚਕਾਰ ਜਿਵੇਂ ਨਹੀਂ ਰਹੇ, ਸਾਰੀ ਦੁਨੀਆ ਦੇ ਦਿਲਾਂ 'ਤੇ ਰਾਜ ਕੀਤਾ ਸਿੱਧੂ ਮੂਸੇ ਵਾਲੇ ਨੇ, ਤੁਹਾਨੂੰ ਕੀ ਲੱਗਦਾ ਅਗਰ ਸਿੱਧੂ ਮੂਸੇ ਵਾਲਾ ਅੱਜ ਜਿਉਂਦਾ ਹੁੰਦਾ ਤਾਂ ਉੱਥੇ ਤੱਕ ਜਾ ਸਕਦੇ ਸੀ, ਜਾਂ ਅੱਜ ਉਹਨਾਂ ਦੀ ਟੱਕਰ ਜਿੱਦਾਂ ਗੱਲ ਕਰ ਲਈਏ ਕਿ ਸਟੇਜ 'ਤੇ ਉੱਥੇ ਗੱਲ ਕਰ ਸਕਦਾ ਸੀ ਉੱਥੇ? ਬਾਈ ਤੂੰ ਇਹ ਸੋਚ, ਮੂਸੇ ਵਾਲਾ ਪਹਿਲਾ ਸਿੰਗਰ ਸੀਗਾ ਜਿਹਨੇ ਕਲੈਬ ਕੀਤੇ ਆ ਵੱਡੇ ਵੱਡੇ ਸਿੰਗਰਾਂ ਨਾਲ, ਈਵਨ ਕਿ ਡਰੇਕ ਨਾਲ ਵੀ ਉਹ ਬੰਦਾ ਟੱਚ 'ਚ ਆ ਗਿਆ ਸੀ। ਠੀਕ ਹੈ, ਜੇ ਆਪਾਂ ਕਹਿ ਲਈਏ ਵੀ ਇੰਟਰਨੈਸ਼ਨਲ ਲੈਵਲ 'ਤੇ ਲਿਜਾਣ ਵਾਲਾ ਪੰਜਾਬੀਆਂ ਨੂੰ ਉਹੀ ਆ, ਪੱਗ ਨੂੰ ਅਸੀਂ ਚਾਹੇ ਨਹੀਂ ਬਣਦੇ ਪਰ ਇੱਜ਼ਤ ਬਾਈ ਪੱਗ ਦੀ ਉਹਨੇ ਕਰਨ ਲਾਇਆ। ਠੀਕ ਹੈ, ਜੇ ਅੱਜ ਨੂੰ ਮੂਸੇ ਵਾਲਾ ਜਾਂਦਾ ਹੁੰਦਾ ਨਾ ਕੋਈ ਗੱਲਾਂ ਦਾ ਫਰਕ ਹੁੰਦਾ, ਉਹ ਬੰਦਾ ਸੱਚ ਦਾ ਬੋਲਦਾ ਸੀ। ਐਟਲੀਸਟ ਬਲਵਿੰਦਰ ਜਟਾਣੇ ਦੀ ਗੱਲ ਕਰ ਲੈਂਦੇ ਹਾਂ ਯਾਰ ਬਾਈ, ਅਸੀਂ ਹੈ ਨਾ, ਆ ਪਿੱਛੇ ਜੇ ਇੱਕ ਵੀਡੀਓ ਵੀ ਆਈ ਸੀ ਉਹ 'ਚ ਵੀ ਬੰਦਿਆਂ ਨੇ ਕਈਆਂ ਨੇ ਨਾਂ ਲਿਆ ਸੀ ਵੀ ਭਾਈ ਜਟਾਣਾ ਆਊਗਾ, ਜਟਾਣੇ ਦਾ ਨਾਂ ਲੈਣ ਕਿਹਨੇ ਲਾਇਆ ਸੀ? ਮੂਸੇ ਵਾਲੇ ਨੇ। ਪਹਿਲਾਂ ਸਾਨੂੰ ਵੀ ਨਹੀਂ ਪਤਾ ਸੀ ਵੀ ਜਟਾਣਾ ਕੌਣ, ਕਿਉਂਕਿ ਅਸੀਂ ਜਿਹੜਾ ਅਸੀਂ ਕਹਿੰਦੇ ਨਾ ਸਾਡੇ ਮਾਂ ਪਿਓ 'ਚ ਵੀ ਕਮੀ ਆ, ਸਾਨੂੰ ਉਹ ਚੀਜ਼ਾਂ ਨਾਲ ਜਾਣੂ ਨਹੀਂ ਕਰਾਇਆ। ਹੁਣ ਵੱਡੇ ਹੋਏ ਹਾਂ, ਹੁਣ ਸਾਡਾ ਆਪਦਾ ਹੱਕ ਬਣਦਾ ਵੀ ਉਹ ਚੀਜ਼ਾਂ ਨਾਲ ਜਾਣੂ ਹੋ ਗਿਆ ਸੀ ਵੀ ਕਿੰਨੇ ਆ ਕਿ ਅਸੀਂ ਕੁਰਬਾਨੀਆਂ ਦਿੱਤੀਆਂ, ਕਿੰਨਾ ਕੁ ਤਸ਼ੱਦਦ ਸਹਿਆ। ਮੈਂ ਇੱਕ ਪੱਕਾ ਤਾਂ ਨਹੀਂ ਕਹਿੰਦਾ ਸ਼ੋਰ, ਇੱਕ ਨਾ ਜਦੋਂ ਆਪਾਂ ਆਜ਼ਾਦੀ ਲਈ ਆ 193 ਬੰਦੇ ਮਰੇ ਸੀ, ਉਹ 'ਚ 121 ਪੰਜਾਬੀ ਸੀ। ਆਪਾਂ ਇੱਜ਼ਤਾਂ ਬਚਾਉਣ ਵਾਲਿਆਂ 'ਚੋਂ ਬਾਈ, ਇੱਜ਼ਤਾਂ ਲੁੱਟਣ ਵਾਲਿਆਂ 'ਚੋਂ। ਹੁਣ ਇੱਕ ਸ਼ਾਇਦ ਤੁਹਾਨੂੰ ਤਾਂ, ਤੁਸੀਂ ਤਾਂ ਪ੍ਰੈਸ ਰਿਪੋਰਟਰ ਹੋ, ਤੁਹਾਨੂੰ ਵੀ ਪਤਾ ਇੱਕ ਇੰਟਰਨੈਸ਼ਨਲ ਲੇਡੀ ਦੀ ਰੇਪ ਹੋਇਆ, ਕਿਸੇ ਮੀਡੀਆ 'ਤੇ ਨਹੀਂ ਆਈ। ਸ਼ਰਮ ਆਉਣੀ ਚਾਹੀਦੀ ਯਾਰ ਆਪਾਂ ਨੂੰ, ਕੋਈ ਆਪਣੇ ਇੱਥੇ ਘੁੰਮਣ ਆਉਂਦਾ ਆਪਾਂ ਉਹਦਾ ਸਤਿਕਾਰ ਕਰ ਲਓ। ਪੰਜਾਬ 'ਚ ਨਹੀਂ ਹੁੰਦਾ ਇਹ, ਜੰਮੂ 'ਚ ਹੋਇਆ, ਪੰਜਾਬ 'ਚ ਨਹੀਂ ਹੁੰਦਾ। ਗੱਲ ਸਹੀ ਹੈ ਜੀ। ਸੋ ਬਹੁਤ ਵਧੀਆ ਲੱਗਿਆ ਵੀਰੇ ਗੱਲ ਕਰਕੇ ਤੁਹਾਡੇ ਨਾਲ, ਔਰ ਬਹੁਤ ਵਧੀਆ ਲੱਗਿਆ, ਗੱਲਾਂ ਬਹੁਤ ਵਧੀਆ ਹੋਈਆਂ। ਸੋ ਥੈਂਕ ਯੂ ਵੀਰੇ, ਤੁਸੀਂ ਵੀ ਸਮਾਂ ਦਿੱਤਾ। ਸੋ ਇਹ ਸੀ ਜੀ ਭਰਾ ਆਪਣੇ ਨਾਲ ਜਿਨ੍ਹਾਂ ਨਾਲ ਗੱਲਬਾਤ ਕੀਤੀ। ਸੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਗੱਲਬਾਤ ਬਾਰੇ, ਵੀਡੀਓ ਬਾਰੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ। ਸੋ ਜਿਨ੍ਹਾਂ ਨੇ ਚੈਨਲ ਸੱਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ। ਮਿਲਾਂਗੇ ਫਿਰ ਕਿਸੇ ਟੌਪਿਕ ਦੇ ਕਿਸੇ ਵੀਡੀਓ ਦੇ ਵਿੱਚ, ਤਦ ਤੱਕ ਲਈ ਮੈਨੂੰ ਦੇ ਇਜਾਜ਼ਤ। ਕੈਮਰਾਮੈਨ ਬਿੱਟੂ ਰਾਣਾ ਦੇ ਨਾਲ ਸੋਨੂੰ ਜਾਂਸਲਾ ਦੀ ਰਿਪੋਰਟ, ਚੰਡੀਗੜ੍ਹ।